ਸ਼ਤਿ ਸ਼੍ਰੀ ਅਕਾਲ ਜੀ ਮੈਂ ਪ੍ਰਵੀਨ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਤੁਹਾਡੇ ਆਪਣੇ ਚੈਨਲ ਜੌਬ ਗੁਰੂ ਪੰਜਾਬ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਜਿਹੜੇ ਪੰਜਾਬ ਪੁਲਿਸ ਕਾਂਸਟੇਬਲ ਦੇ ਨੇ ਜੀ ਕੱਟ ਆਫ ਤੇ ਸੇਫ ਸਕੋਰ ਬਾਰੇ ਠੀਕ ਹੈ ਆਪਾਂ ਨੇ ਪਹਿਲੇ ਵੀਡੀਓ ਬਹੁਤ ਬਣਾਈਏ ਨੇ ਜੀ ਪਰ ਹੁਣ ਥੋੜਾ ਜਆ ਬੱਚੇ ਜ਼ਿਆਦਾ ਮੈਸੇਜ ਕਰ ਰਹੇ ਤੇ ਜੀ ਜਿਸ ਕਾਰਨ ਮੈਨੂੰ ਇਹ ਵੀਡੀਓ ਬਣਾਉਣੀ ਪਈ ਇਸ ਵਿੱਚ ਦੱਸਾਂਗੇ ਜੀ ਤੁਹਾਨੂੰ ਇਸ ਤੋਂ ਪਹਿਲਾਂ ਆਪਾਂ ਇੰਟੈਲੀਜੈਂਸ ਅਸਿਸਟੈਂਟ ਦੀ ਵੀ ਕੱਟਆਫ ਦੀ ਵੀਡੀਓ ਬਣਾਈ ਹੋਈ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਠੀਕ ਹੈ ਸੇਫ ਸਕੋਰ ਦੀ ਰਹਿ ਗਈ ਹੈ ਜਿਹਦੀ ਕੌਨਸਟੇਬਲ ਦੀ ਉਹ ਆਪਾਂ ਹੁਣ ਬਣਾ ਰਹੇ ਹਾਂ ਜੀ ਠੀਕ ਹੈ ਜੇ ਕੋਈ ਹੋਰ ਵੀ ਕੁਐਸਚਨ ਹੈ ਤੁਸੀਂ ਕਮੈਂਟ ਕਰ ਦਿਆ ਕਰੋ ਅਸੀਂ ਰਿਪਲਾਈ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਬਾਕੀ ਆਪਾਂ ਦੇਖੋ ਐਕਸ ਸਰਵਿਸਮੈਨ ਦੀ ਵੀ ਕੱਟਆਫ ਬਾਰੇ ਦੱਸਾਂਗੇ ਜੀ ਫੁੱਲ ਡਿਟੇਲ ਦੇ ਵਿੱਚ ਕਿਹੜੇ-ਕਿਹੜੇ 100% ਸੇਫ ਨੇ ਜੀ ਐਸਸੀ ਬੀਸੀ ਜਰਨਲ ਰੇਟੂ ਜਿਹੜੇ ਕੈਟਾਗਰੀ ਵੇ ਠੀਕ ਹੈ ਤਾਂ ਬਣੇ ਰਹੋ ਫੁੱਲ ਵੀਡੀਓ ਆ ਤੁਸੀਂ ਦੇਖ ਸਕਦੇ ਹੋ ਆਪਾਂ ਆਫੀਸ਼ੀਅਲ ਨੋਟੀਫਿਕੇਸ਼ਨ ਤੇ ਆ ਚੁੱਕੇ ਹਾਂ ਜੀ ਇਹਦੇ ਵਿੱਚ ਕਈ ਬੱਚੇ ਹੁਣ ਮੈਸੇਜ ਕਰ ਰਹੇ ਤੇ ਜੀ ਉਹ ਮੈਸੇਜਾਂ ਬਾਰੇ ਦੱਸ ਦਿਆਂ ਤੁਹਾਨੂੰ ਬਾਕੀ ਤੁਹਾਨੂੰ ਆ ਦੇਖ ਹੀ ਲਈਆਂ ਹੁਣ ਇਹ ਪੋਸਟਾਂ ਕਿਹੜੇ ਕਿੰਨੇ ਨੇ ਜੀ ਠੀਕ ਐ ਐਕਸ ਸਰਵਿਸਮੈਨ ਦੀ ਜਦ ਜਰੂਰੀ ਤੁਸੀਂ ਬਹੁਤ ਮੈਸੇਜ ਕਰ ਰਹੇ ਨੇ ਐਕਸ ਸਰਵਿਸਮੈਨ ਵੀ ਸਾਡੀ ਵਾਰੀ ਆਊਗੀ ਕਿ ਨਹੀਂ ਆਊ ਉਹਦੇ ਬਾਰੇ ਜਰੂਰ ਦੱਸਾਂਗੇ ਆਪਾਂ ਤੁਹਾਨੂੰ ਠੀਕ ਐ ਜੀ ਜਿਹੜੇ ਐਕਸ ਸਰਵਿਸਮੈਨ ਜਰਨਲ ਨੇ ਜੀ ਉਹ 63 ਪੋਸਟਾਂ ਨੇ ਜੀ ਦੇਖ ਸਕਦੇ ਹੋ ਠੀਕ ਐ ਜੀ ਆ 42 ਨੇ ਜੀ ਸ਼ਡਿਊਲ ਕਾ ਹਸਤੇ ਬਾਲਮਿਕ ਠੀਕ ਹੈ ਜੀ ਮਜਬੀ ਸਿੱਖਦੀਆਂ ਉਹ ਤੁਸੀਂ ਦੇਖ ਸਕਦੇ ਹੋ ਜੀ ਠੀਕ ਆ ਨੀਚੇ ਹੋਰ A to Z ਸਾਰੇ ਇਕਨੋਮਲੀ ਵੀਕ ਸੈਕਸ਼ਨ ਦੀਆਂ ਵੀ ਨੇ ਠੀਕ ਹੈ ਇਹ ਵੀ ਸਾਰੀ ਡਿਟੇਲ ਇਹਦੇ ਵਿੱਚ ਆ ਹੁਣ ਆਪਾਂ ਮੇਨ ਚੱਲਦੇ ਜੀ ਇਹਦਾ ਮੇਨ ਪੁਆਇੰਟ ਹੈ ਜੀ ਆਪਣਾ ਸੇਫ ਸਕੋਰ ਵਾਲਾ ਹੁਣ ਵਿੱਚ ਬੱਚੇ ਕੀ ਕਰਦੇ ਨੇ ਜੀ ਕਿਸੇ ਕਿਸੇ ਦੇ ਨੰਬਰ ਆਏ ਲਾ ਲੋ ਵੀ ਤੁਸੀਂ 25% ਤੋਂ ਘਟਨੇ ਜੀ ਹੈ ਹੁਣ ਤੁਸੀਂ ਲਾ ਲੋ ਵੀ ਜਿਹੜੇ ਬੱਚੇ ਦੇ 25% ਤੋਂ ਘਟਨੇ ਕਿਉਂਕਿ ਮਿਨੀਮਮ ਆਪਾਂ ਨੂੰ ਪਤਾ ਤੁਹਾਨੂੰ ਦਿਖਾ ਵੀ ਦਿੰਨੇ ਆ ਇੱਕ ਵਾਰ ਜੀ ਡिटेल ਦੇ ਵਿੱਚ ਉਹਦੇ ਵਿੱਚ ਮਿਨੀਮਮ ਘੱਟੋ ਘੱਟ 25% ਅੰਕ ਤਾਂ ਆਪਣੇ ਹੋਣੇ ਚਾਹੀਦੇ ਨੇ ਜੀ ਹੈ ਆ ਦੇਖ ਸਕਦੇ ਤੁਸੀਂ ਨਾਰਮਲਾਈਜੇਸ਼ਨ ਹੋ ਕੇ ਉਹ ਤੋਂ ਬਾਅਦ ਚ ਮਾਰਕਸ ਆਉਣੇ ਨੇ ਜੀ ਆ ਠੀਕ ਹੈ ਹੁਣ ਆ ਤੁਸੀਂ ਇਹਦੇ ਵਿੱਚੇ ਡਿਟੇਲ ਦਿੱਤੀ ਹੋਈ ਹੈ ਜੀ ਸਾਰੀ ਠੀਕ ਹੈ ਤੁਸੀਂ ਹੁਣ ਦੇਖ ਵੀ ਸਕਦੇ ਹੋ ਜਿਹੜੇ ਐਕਸ ਸਰਵਿਸਮੈਨ ਹੋਗੇ ਇੱਕ ਇਕਨੋਮਲੀ ਬੀਕ ਸਖਸ਼ਣ ਹੋਗੇ ਸ਼ੈਡਿਊਲ ਕਾਸਟ ਤੇ ਬੈਕਵਰਡ ਕਲਾਸ ਕਿੰਨੇ ਜੀ 25% ਅੰਕ ਜ਼ਰੂਰੀ ਨੇ ਜੀ ਹੁਣ ਤੁਸੀਂ ਆਏ ਲਾਓ ਜੀ ਪਹਿਲਾ 100 ਨੰਬਰ ਦਾ ਆਪਣਾ ਪੇਪਰ ਹੈ ਜੀ ਠੀਕ ਹੈ ਉਦੇ ਵਿੱਚੋਂ ਤੁਹਾਨੂੰ ਘੱਟੋ ਘੱਟ ਨੰਬਰ ਜ਼ਰੂਰੀ ਨੇ ਜੀ 25% 25 ਨੰਬਰ ਤਾਂ ਜ਼ਰੂਰੀ ਜ਼ਰੂਰੀ ਨੇ ਇਹ ਪਾਸ ਹੋਣ ਲਈ ਨੇ ਠੀਕ ਹੈ ਜੀ ਉਸ ਤੋਂ ਅੱਗੇ ਜਿਹੜੀ ਜਰਨਲ ਹੈ ਜੀ ਉਹ ਆ ਰਹੇ ਨੇ ਜੀ 30 ਨੰਬਰ ਹੁਣ ਤੁਸੀਂ ਆਏ ਸਮਝੋਗੇ ਵੀ ਜੇ ਇਹ ਲੈ ਲਿਆ ਆਪਾਂ ਕਲੀਅਰ ਹੈ ਜੀ ਦੇਖੋ ਇਹ ਵੀ ਨਹੀਂ ਗੱਲ ਹੈਗੀ ਆਪਾਂ ਕਲੀਅਰ ਨਹੀਂ ਕਹਿ ਸਕਦੇ ਕਿਉਂਕਿ ਹੁਣ ਥੋੜੀ ਜੀ ਕੱਟ ਆਫ ਦੀ ਗੱਲ ਕਰ ਲੈਣੇ ਆਪਾਂ ਵੀ ਜਿਹੜੀ ਕੱਟ ਆਫ ਹੈ ਬਾਕੀ ਦੀ ਵੀ ਤੁਸੀਂ ਦੇਖ ਸਕਦੇ ਹੋ ਵੀ 44 ਤੱਕ ਗਈ ਹੈ ਜੀ ਜਰਨਲ ਦੀ ਜਿਹੜੀ ਬੀਸੀ ਹੈ ਜੀ ਉਹਦੇ ਵਿੱਚ ਥੋੜਾ ਜਿਹਾ ਵੱਧ ਪੋਸਟਾਂ ਹੋ ਜਾਂਦੀਆਂ ਨੇ ਜੀ ਠੀਕ ਹੈ ਮਤਲਬ ਵੱਧ ਅਪਲਾਈ ਕਰਨ ਵਾਲੇ ਜ਼ਿਆਦੇ ਹੋ ਜਾਂਦੇ ਨੇ ਤੁਹਾਨੂੰ ਉੱਪਰੇ ਲੈ ਚੱਲਦੇ ਹਾਂ ਜੀ ਇੱਕ ਵਾਰ ਹੁਣ ਤੁਸੀਂ ਇਹਦੇ ਵਿੱਚੇ ਦੇਖ ਸਕਦੇ ਹੋ ਜੀ ਠੀਕ ਹੈ ਨੰਬਰ 1 ਤੇ ਜਿਹੜੀ ਜਨਰਲ ਦੀ ਹੈ ਉਹ 610 ਪੋਸਟਾਂ ਨੇ ਜਦੋਂ ਕਿ ਤੁਸੀਂ ਜਾਂ نیچے ਬੈਕਵਰਡ ਆ ਦੇਖ ਸਕਦੇ ਹੋ ਬੈਕਵਰਡ ਕਲਾਸ ਬੀਸੀ ਦੀਆਂ ਕਿੰਨੀਆਂ ਪੋਸਟਾਂ ਨੇ ਜੀ ਟੋਟਲੀ 124 ਪੋਸਟਾਂ ਨੇ ਜੀ ਹੁਣ ਤੁਸੀਂ ਆਪ ਹਿਸਾਬ ਲਾਓ ਵੀ ਤਿੰਨ ਚਾਰ ਗੁਣਾ ਫਰਕ ਹੈ ਜੀ ਦਾ ਠੀਕ ਹੈ 5 ਗੁਣਾ ਫਰਕ ਪੈ ਗਿਆ 5 ਗੁਣਾ ਵੱਧ ਪੋਸਟਾਂ ਨੇ ਜੀ ਜਰਨਲ ਦੀਆਂ ਹੁਣ ਇਹਦੀ ਕੱਟ ਆਫ ਜਾਊਗੀ ਜੀ ਥੋੜੀ ਜਿਹੀ ਨੀਚੇ 100% ਦੇ ਚਾਂਸ ਨੇ ਜੀ ਵੀ ਥੋੜਾ ਜਿਹਾ ਨੀਚੇ ਰਹਿਣ ਦੇ ਵੀ 40 ਤੋਂ 45 ਮਤਲਬ ਇੱਥੇ ਤੱਕ ਹੀ ਰਹਿ ਸਕਦੀ ਹੈ ਇਹ ਬਾਕੀ ਜਿਹੜੇ ਜਿਹਦੇ ਵੀ ਮਤਲਬ 50 55 ਆਂ ਲਾ ਲਓ ਵੀ 50 55 ਤੋਂ ਉੱਪਰ ਉੱਪਰ ਨੇ ਜੀ ਉਹ ਤਾਂ 100% ਸੇਫ ਹੈ ਲਾ ਲਓ ਠੀਕ ਹੈ ਜੀ ਬਾਕੀ ਜਿਹੜੇ ਉਹਨੇ ਉਹਨਾਂ ਦੇ ਆਂ ਲਾ ਲਓ ਵੀ 80% ਸੇਫ ਹੈਗੇ ਨੇ ਨੀਚਲੇ ਵੀ ਵੀ ਤਿਆਰੀ ਤਾਂ ਜ਼ਰੂਰੀ ਹੈ ਦੇਖੋ ਤਿਆਰੀ ਕਰਨੀ ਹਰੇਕ ਨੂੰ ਜ਼ਰੂਰੀ ਹੈ ਕਿਉਂਕਿ ਜੇ ਤੁਸੀਂ ਤਿਆਰੀ ਨਹੀਂ ਕਰੋਗੇ ਤਾਂ ਅੱਗੇ ਵੀ ਕੰਮ ਆ ਸਕਦੀ ਹੈ ਹੁਣ ਆਏ ਨਹੀਂ ਕਹਿੰਦੇ ਆਪਾਂ ਜੇ ਇਹ ਚ ਨਹੀਂ ਨੰਬਰ ਆਇਆ ਤਾਂ ਸਾਰੀ ਦੁਨੀਆ ਹੀ ਖਤਮ ਹੋ ਗਈ ਕਿਉਂਕਿ ਤੁਹਾਡਾ ਇਸ ਤੋਂ ਬਾਅਦ ਵੀ ਦੁਨੀਆ ਹੈਗੀ ਹੈ ਜੀ ਠੀਕ ਹੈ ਵੀ ਹੁਣ ਇਹ ਤਾਂ ਨਹੀਂ ਹੈਗਾ ਵੀ ਇੱਕ ਬਾਰੇ ਪੋਸਟ ਨਿਕਲਣੀ ਹੈ ਹੋਰ ਕੋਈ ਪੋਸਟ ਨਿਕਲਣੀ ਨਹੀਂ ਹੈਡ ਕਨਸਟੇਬਲ ਦੀ ਇੰਟੈਲੀਜੈਂਸ ਅਸਿਸਟੈਂਟ ਦੀ ਹਲ ਤਾਂ ਪੋਸਟਾਂ ਬਹੁਤ ਨੇ ਜੀ ਹੈ ਜੀ ਉਹਨਾਂ ਵਿੱਚ ਹੀ ਆਪਾਂ ਹੱਥ ਜਮਾਉਣਾ ਬਾਕੀ ਤੁਸੀਂ ਦੇਖ ਸਕਦੇ ਹੋ ਹੁਣ ਜਿਹੜੀ ਆਹ ਤਾਂ ਆਪਣੇ ਦੱਸ ਦਿੱਤੇ 45 ਤੋਂ 50% ਵਾਲੇ ਸੇਫ ਹੋ ਗਏ ਜੀ ਅਗੇ ਸ਼ਡਿਊਲ ਕਾਸਟ ਦੇ ਇਹਦੇ ਪੋਸਟਾਂ ਥੋੜੀਆਂ ਜਿਹਾ ਘਟਣੇ ਪਰ ਇਹਦੀ ਥੋੜੀ ਜੀ ਮਤਲਬ ਕਿ ਇਹਦੀ ਵੀ ਪਰ BC ਜਿੰਨੀ ਤਾਂ ਨਹੀਂ BC ਤੋਂ ਥੋੜਾ ਜਿਹਾ نیچے ਜਾ ਸਕਦੀ ਹੈ ਜੀ ਠੀਕ ਹੈ ਇਹਦੇ ਤੁਸੀਂ ਆਹ ਲਓ 45 ਤੋਂ 50% ਵਾਲੇ ਤਿਆਰੀ ਕਰ ਦੋ ਸਟਾਰਟ ਹੁਣ ਬਾਕੀ ਤੁਸੀਂ ਨਿਚਲੀ ਦੇਖ ਸਕਦੇ ਹੋ ਸ਼ਡਿਊਲ ਕਾਸਟ ਰਮਦਾਸੀ ਐਂਡ ਆਉਟਰਸ ਇਹ ਦੀ ਥੋੜੀ ਜੀ ਉੱਪ ਜਾਊਗੀ 45 ਤੋਂ 50 ਨਹੀਂ ਤੁਸੀਂ ਇਹ ਤੋਂ ਲਿਆਓ ਤੁਸੀਂ 47 ਤੋਂ 52 59 ਦੇ ਤੱਕ ਜਾ ਸਕਦੀ ਹੈ ਜੀ ਇਹ ਕੱਟ ਆਫ ਜਿਹੜੀ ਬਾਕੀ ਜਿਹੜੇ ਸੇਫ ਨੇ ਸੇਫ ਤੁਸੀਂ ਆਇ ਲਾ ਲਓ ਵੀ ਜਿਹੜੇ 60 ਨੇ 55 ਨੇ ਉਹ ਤਾਂ 100% ਸੇਫ ਨੇ ਜੀ ਠੀਕ ਹੈ ਉਹ ਤਾਂ ਆਪਦਾ ਫਿਜ਼ੀਕਲ ਦੀ ਤਿਆਰੀ ਖਿੱਚ ਦੋ ਹੁਣ ਬਾਕੀ نیچے ਚੱਲਦੇ ਆਂ ਆਪਾਂ ਐਕਸ ਸਰਵਿਸਮੈਨ ਦੀ ਵੀ ਦੇਖ ਲੈਨੇ ਆ ਆ ਤੁਸੀਂ ਨੀਚੇ ਦੇਖ ਸਕਦੇ ਹੋ ਐਕਸ ਸਰਵਿਸ ਮੈਂਬਰ ਜਨਰਲ ਪੰਜਾਬ ਦੀ ਇਹਦੀ 63 ਪੋਸਟਾਂ ਨੇ ਜੀ ਠੀਕ ਹੈ ਇਹਦੀ ਕੱਟਆਫ ਜਾਣ ਦੀ ਉਮੀਦ ਹੈ ਜੀ ਇਹ ਤਾਂ ਤੁਸੀਂ ਐ ਲੈ ਲਓ 40 ਤੋਂ 45 ਤੱਕ ਮਸਾਂ ਜਾਊਗੀ ਠੀਕ ਹੈ ਜੀ ਸੇਫ ਸਕੋਰ ਤੁਸੀਂ ਐ ਲੈ ਲਓ ਵੀ ਜਿਹਦੇ ਵੀ 30% ਤੋਂ ਉੱਪਰ ਨੰਬਰ ਹੈਗੇ ਨੇ ਉਹ ਤਾਂ ਫਿਜ਼ੀਕਲ ਦੀ ਤਿਆਰੀ ਖਿੱਚ ਦਿਓ ਜੀ ਠੀਕ ਹੈ ਬਾਕੀ ਉਸ ਤੋਂ ਬਾਅਦ ਸ਼ਡਿਊਲ ਕਾਸਟ ਦੀ ਤੁਸੀਂ ਦੇਖ ਸਕਦੇ ਹੋ ਇਹਦੀ ਵੀ ਤੁਸੀਂ ਮਤਲਬ ਤਿਆਰੀ ਖਿੱਚ ਰੋ 40% ਵਾਲੇ ਤਾਂ ਤੁਸੀਂ 80 ਤੋਂ 100% ਸੇਫ ਹੀ ਸਮਝੋ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ نیچے ਆ ਸਕਦੇ ਹੋ ਸ਼ਡਿਊਲ ਕਾਸਟ ਅਮਦਾਸ ਐਕਸ ਸਰਵਿਸਮੈਨ ਹੁਣ ਬੈਕਵਰਡ ਦੇ ਅੱਗੇ ਜੀ ਠੀਕ ਹੈ ਇਹਦੇ ਵਿੱਚ ਵੀ ਤੁਸੀਂ ਥੋੜਾ ਜਿਹਾ ਆਪ ਜਾਣ ਦੀ ਉਮੀਦ ਹੈ ਜੀ ਇਹਦਾ ਸ਼ਾਇਦ 4550 ਦੇ ਵਿੱਚ ਵਿੱਚ ਜਾਜ ਭੱਗ ਜੇ ਠੀਕ ਹੈ ਬਾਕੀ ਕਈ ਵਾਰ ਹੁਣ ਤੁਸੀਂ ਐ ਸੋਚ ਰਹੇ ਹੋਵੋਗੇ ਵੀ ਜਿਹੜਾ ਨੇ ਹੁਣ 45 ਤੋਂ 50 ਨੇ ਸਿਰਫ ਉਹੀ ਤਿਆਰੀ ਕਰਨ ਬੱਚਿਓ ਤੁਸੀਂ ਮਤਲਬ ਐ ਨਾ ਹੁਣ ਸਮਝੋ ਵੀ ਤੁਸੀਂ ਤਿਆਰੀ ਕਰਨੀ ਹੈ ਨਹੀਂ ਮਤਲਬ ਹੁਣ ਆਪਣੇ ਸੇਫ ਸਕੋਰ ਨਹੀਂ ਹੈਗੇ ਆਪਾਂ ਤਿਆਰੀ ਕਰਨੀ ਨਹੀਂ ਇਹ ਗੱਲ ਗਲਤ ਹੈ ਜੀਦੇ ਵੀ 25% ਤੋਂ 30% ਤੱਕ ਨੰਬਰ ਹੈਗੇ ਨੇ 25 ਤੋਂ 30 ਨੰਬਰ ਉਹ ਤੁਸੀਂ 50 ਤੋਂ 60 70% ਤੁਸੀਂ ਸੇਫ ਹੋ ਤੁਸੀਂ ਤਿਆਰੀ ਖਿੱਚ ਦੋ ਕਿਉਂਕਿ ਤਿਆਰੀ ਦਾ ਆਪਾਂ ਨੂੰ ਕੋਈ ਵੀ ਘਾਟਾ ਨਹੀਂ ਹੈਗਾ ਠੀਕ ਹੈ ਜਿਹੜੀ ਇਕਨੋਮੀਲੀ ਵੀਕ ਸੈਕਸ਼ਨ ਦੀ ਹੈ ਇਹਦੀ ਘਟ ਜਾਊਗੀ ਜੀ ਠੀਕ ਹੈ ਕਿਉਂਕਿ ਇਹਦੇ 145 ਪੋਸਟਾਂ ਵਧ ਨੇ ਅੱਗੇ ਫ੍ਰੀडम फाइਟਰ ਦੀ ਤੁਸੀਂ ਇਹਦੇ ਓਨਲੀ 13 ਪੋਸਟਾਂ ਨੇ ਇਹਦੀ ਥੋੜੀ ਜੀ ਆਪਾਂ ਜਾਣ ਦੀ ਉਮੀਦ ਹੈ ਬਾਕੀ ਪਰ ਜਨਰਲ ਕੈਟਾਗਰੀ ਤੋਂ ਤਾਂ ਨਹੀਂ ਆਪਾਂ ਜਾਣਦੀ बीसी ਤੋਂ ਵੀ ਇਹ ਥੋੜੀ ਜੀ نیچے ਹੋ ਜਾਂਦੀਆਂ ਨੇ ਜੀ ਕਿਉਂਕਿ ਜਿਹੜੀਆਂ ਇਹ categories ਨੇ ਆਂਦੇ ਜਿੱਚ ਘੱਟ ਦੀ ਘੱਟ ਉਮੀਦ ਹੁੰਦੀ ਐ ਵੀ ਇਹੇ ਉੱਪਰ ਤੱਕ ਜਿਹੜੀਆਂ ਬਾਕੀ ਨੇ बीसी ਦੀ ਮੇਨ ਤਾਂ बीसी ਐ ਜੀ ਜਿਹੜੇ ਮਤਲਬ ਉੱਪਰ ਤੱਕ ਜਾ ਸਕਦੀ ਐ ਇਹਦੀ ਕਿਉਂਕਿ ਤੁਸੀਂ ਆਪ ਇਹ ਜੇਲਵਾੜਨ ਦੇ ਵਿੱਚ ਚੈੱਕ ਕਰ ਸਕਦੇ ਹੋ ਵੀ ਗਈ ਐ ਜੀ ਉੱਪਰ ਠੀਕ ਐ ਬਾਕੀ ਤੁਸੀਂ ਹੁਣ ਵੱਧ ਤੋਂ ਵੱਧ ਤਿਆਰੀ ਖਿੱਚੋ ਹੁਣ ਬਾਕੀ ਕੋਈ ਹੋਰ ਰਹਿ ਗਿਆ ਤੁਸੀਂ ਆਹ نیچے ਆਪਾਂ ਚੈੱਕ ਕਰ ਲੈਨੇ ਆ ਜਿਹਦੇ शेप ਸਕੋਰ ਦੱਸਣੇ ਰਹਿ ਗਏ ਨੇ ਆਪਾਂ ਉਹਨਾਂ ਬਾਰੇ ਗੱਲ ਕਰ ਲਈ ਲੈਨੇ ਹਾਂ ਹੁਣ ਮੇਨਤਾ ਜਿਆਦੇ ਆਏ ਆ ਜੀ ਤੁਸੀਂ ਤਿਆਰੀ ਰੱਖੋ ਤਾਂ ਜੋ ਤੁਹਾਨੂੰ بار بار ਕਹਿਣਾ ਪਵੇ ਵੀ ਤਿਆਰੀ ਕਰੋ ਤਿਆਰੀ ਕਰੋ ਠੀਕ ਹੈ ਬਾਕੀ ਤੁਸੀਂ ਆ ਤੁਸੀਂ ਆ ਦੇਖ ਸਕਦੇ ਹੋ ਜਿਨ੍ਹਾਂ ਨੇ ਵੀ ਆਹ ਦੋ ਸੀ ਆਰਮਡ ਕਾਂਸਟੇਬਲ ਆਰਮਡ ਪੁਲਿਸ ਸਾਥ ਇੱਕ ਸਾਦੇ ਤੁਸੀਂ ਆਹ ਡਿਸਟ੍ਰਿਕਟ ਕੇਡਰ ਇਹ ਲਗ ਲਗ ਪੋਸਟਾਂ ਦੀਆਂ ਦੋ ਹੁਣ ਇਹਦੇ ਵਿੱਚ ਇਹਦੀ ਪੋਸਟਾਂ ਦੇ 708 ਪੋਸਟਾਂ ਨੇ ਜੀ ਇਹ ਵੀ ਸੇਫ ਨੇ ਠੀਕ ਹੈ ਜੀ ਇਹਦੀਆਂ ਬਹੁਤ ਜ਼ਿਆਦੇ ਪੋਸਟਾਂ ਨੇ ਜਨਰਲ ਦੀਆਂ ਉਸ ਤੋਂ ਬਾਅਦ ਜਦੋਂ ਕਿ ਸ਼ਡਿਊਲ ਕਾਸਟ ਦੀ ਆਪਾਂ ਦੇਖ ਸਕਦੇ ਹਾਂ ਓਨਲੀ 145 ਨੇ ਜੀ ਆਹ ਸ਼ਡਿਊਲ ਕਾਸਟ ਠੀਕ ਹੈ ਜੀ ਮਜਬੂਰ ਸਿੱਖ ਐਨਏ ਤੁਸੀਂ 145 ਬਾਕੀ ਜਿਹੜੀ ਬੀਸੀ ਨਾਲੇ ਥੋੜਾ ਜਿਹਾ ਤੱਕਾ ਹੋ ਜਾਂਦਾ ਜੀ ਬਾਕੀ ਤੁਹਾਨੂੰ ਕੀ ਲੱਗਦਾ ਤੱਕਾ ਹੋ ਰਿਹਾ ਹੈ ਕਿਉਂਕਿ ਜਿੱਥੇ ਜਨਰਲ ਦੀ 610 ਪੋਸਟਾਂ ਨੇ ਉੱਥੇ ਸਿਰਫ ਆਪਣੀਆਂ ਦੇਖੋ ਬੀਸੀ ਕੈਟਾਗਰੀ ਦੇ ਹਨ ਕਿਉਂਕਿ ਇਹਦੇ ਵਿੱਚ ਜਾਤੀਆਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਆਉਂਦੀਆਂ ਨੇ ਆਪਾਂ ਵੀਡੀਓ ਵੀ ਲਵਾਵਾਂਗੇ ਵੀ ਕਿਹੜੀ ਕਿਹੜੀ ਜਾਤੀਆਂ ਦੇ ਵਿੱਚ ਬੀਸੀ ਦੇ ਵਿੱਚ ਆਉਂਦੀਆਂ ਨੇ ਉਹ ਡਿਟੇਲ ਦੇ ਵਿੱਚ ਦੱਸਾਂਗੇ ਤੁਹਾਨੂੰ ਫੁੱਲ ਡਿਟੇਲ ਦੇ ਵਿੱਚ ਕਿਹੜੇ-ਕਿਹੜੇ ਚਾਤੇ ਆ ਬੀਸੀ ਦੇ ਵਿੱਚ ਆ ਜਾਂਦੀਆਂ ਨੇ ਜਿਸ ਕਰਨਾ ਦੀ ਕੱਟ ਆਫ ਆ ਹਾਈ ਤੱਕ ਵਗ ਜਾਂਦੀ ਹੈ ਜੀ ਥੋੜਾ ਜਿਹਾ ਹਾਈ ਬਾਕੀ ਸਾਰੀ ਕੈਟਾਗਰੀ ਉਤੋਂ ਬਾਕੀ ਲਾਸਟ ਤੇ ਇਹੀ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਦਿਆ ਕਰੋ ਤੇ ਸਬਸਕ੍ਰਾਈਬ ਜਰੂਰ ਕਰ ਲਓ ਆਪਣੀ ਚੈਨਲ ਨੂੰ ਠੀਕ ਹੈ ਜੀ ਤਾਂ ਛੇਤੀ ਤੋਂ ਛੇਤੀ ਆਪਾਂ 10k ਹੋ ਜਾਈਏ ਆਪਣੇ ਚੈਨਲ ਦੇ ਤਾਂ ਜੋ ਆਪਾਂ ਨਵੇਂ-ਨਵੇਂ ਹੋਰ ਵੀ ਤੁਹਾਡੇ ਲਈ ਖਬਰਾਂ ਲਿਆਉਂਦੇ ਰਹੀਏ ਇਸੇ ਤਰ੍ਹਾਂ ਦੀ ਜੌਬ ਦੇ ਰਿਲੇਟਡ ਬਾਕੀ ਤੁਹਾਨੂੰ ਹੋਰ ਨਾਲ-ਨਾਲ ਕੁਝ ਹੋਰ ਵੀ ਚਾਹੀਦਾ ਹੁੰਦਾ ਤਾਂ ਸਾਨੂੰ ਕਮੈਂਟ ਕਰਦਿਆ ਕਰੋ ਕੋਈ ਵੀ ਤੁਸੀਂ ਕੁਐਸਚਨ ਹੋਵੇ ਸਾਨੂੰ ਇੰਸਟਾਗ੍ਰam ਤੇ ਫੋਲੋ ਕਰ ਲਓ ਉੱਥੇ ਜਾ ਕੇ ਤੁਸੀਂ ਕੁਐਸਚਨ ਕਰ ਸਕਦੇ ਹੋ ਅਸੀਂ ਪਲੇ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਬਾਕੀ ਬਹੁਤ-ਬਹੁਤ ਧੰਨਵਾਦ ਜੀ